ਦੋਸਤੋ, ਕੁਲਵਿੰਦਰ ਸਿੰਘ ਜੱਸੜ ਯਾਨੀ ਕਿ ਕੁਲਵਿੰਦਰ ਬਿੱਲਾ ਸੁਰਖੀਆਂ ਦੇ ਵਿੱਚ ਬਹੁਤ ਹੀ ਘੱਟ ਦਿਖਾਈ ਦਿੰਦੇ ਨੇ ਅਤੇ ਲਾਈਵ ਕੰਸਰਟ ਚੱਲ ਰਿਹਾ ਹੈ ਕੁਲਵਿੰਦਰ ਬਿੱਲੇ ਦਾ ਇੰਡੋਨੇਸ਼ੀਆ ਦੇ ਵਿੱਚ ਅੱਜ, ਅਤੇ ਸਿੱਧੂ ਮੂਸੇਵਾਲੇ ਬਾਰੇ ਕੀ ਕਿਹਾ ਹੈ ਤੁਸੀਂ ਪਹਿਲਾਂ ਉਹ ਕਲਿੱਪ ਦੇਖੋ। ਕਿ ਸਾਰਿਆਂ ਨੂੰ ਸੋਚਣ ਨੂੰ ਮਜਬੂਰ ਕਰਤਾ ਸੀ, ਉਹ ਪਰਮਾਤਮਾ ਦੀ ਬਖਸ਼ਿਸ਼ ਕਹਿ ਸਕਦਾ ਕਿ ਉਸ 'ਤੇ ਬਖਸ਼ਿਸ਼ ਸੀ। ਜਿੱਦਾਂ ਦੇ ਉਹ ਗਾਣੇ ਗਾਉਂਦਾ ਸੀ ਸਾਡੇ ਮੂੰਹ ਜੱਚਦੇ ਹੀ ਨਹੀਂ, ਅਸੀਂ ਜਿੰਨੀ ਮਰਜ਼ੀ ਕਹਿ ਲਈ ਅਸੀਂ ਆਹ ਕਰ ਦਾਂਗੇ ਵਾਹ ਕਰ ਦਾਂਗੇ, ਪਰ ਉਦੋਂ ਮੂੰਹ ਐਂ ਵੱਜਦੇ ਸੀ, ਇੱਕ 'ਚ ਵੱਜਦੇ ਸੀ, ਇੱਕ ਥਾਪੀ ਸਿੱਧੂ ਮੂਸੇਵਾਲੇ ਦੇ ਨਾਂ 'ਤੇ, ਇੱਕ ਹੋਰ ਮਾਰੀਆਂ ਖੁੱਲ੍ਹ ਗਏ। ਹੁਣ ਬਣੀ ਨਾ ਗੱਲ, ਕੁਲਵਿੰਦਰ ਬਿੱਲੇ ਨੇ ਕਿਹਾ ਵੀ ਇੱਕ ਇਹੋ ਜਿਹਾ ਗਵੱਈਆ ਜੋ ਕੁਝ ਸਮੇਂ ਦੇ ਵਿੱਚ ਆਇਆ ਦੁਨੀਆ ਹਿਲਾ ਕੇ ਚਲਾ ਗਿਆ, ਜੇਕਰ ਆਪਾਂ ਸੋਚੀਏ ਵੀ ਉਹਦੇ ਵਾਂਗੂ ਗਾ ਲਾਂਗੇ ਤਾਂ ਇੱਦਾਂ ਹੋਣਾ ਨਹੀਂ, ਉਹਦੇ ਗਾਣੇ ਉਹੀ ਗਾ ਸਕਦਾ ਸੀ ਅਤੇ ਐਂ ਵੱਜਦੇ ਸੀ ਉਹਦੇ ਗਾਣੇ ਸਿੱਧੇ ਹਿੱਕ 'ਤੇ। ਕੁਲਵਿੰਦਰ ਬਿੱਲੇ ਦੀ ਇਸ ਗੱਲ ਨਾਲ ਤੁਸੀਂ ਕਿੰਨੇ ਸਹਿਮਤ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ। ਬਾਕੀ ਡਿਸਕ੍ਰਿਪਸ਼ਨ ਫਸਟ ਕਮੈਂਟ ਦੇ ਵਿੱਚ ਇਮਰਤ ਖਹਿਰਾ ਅਤੇ ਅਰਜਨ ਢਿੱਲੋਂ ਦੀ ਵੀਡੀਓ ਦਾ ਲਿੰਕ ਆ, ਉਸ ਵੀਡੀਓ ਨੂੰ ਇੱਕ ਵਾਰੀ ਜ਼ਰੂਰ ਚੈੱਕ ਕਰਿਓ। ਮਿਲਦੇ ਹਾਂ ਹੋਰ ਅਪਡੇਟ ਲੈ ਕੇ, ਧੰਨਵਾਦ।